ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ, ਯਾਦਾਂ ਦੇ ਰਾਹ ਸੁਲਤਾਨੀ ਜਾਣੇ ਆ ਪੂੰਜੀ ਜੀ। ਅੱਜ ਅਸੀਂ ਥੱਲੇ ਗਿਰ ਰਹੇ ਹਾਂ, ਅੱਜ ਸਾਡੇ ਦੇ ਪੋਲੀਟੀਕਲ ਮੁੱਦੇ ਸਾਡੇ ਉੱਠ ਰਹੇ ਆ, ਇਹਦਾ ਮੇਨ ਮੈਂ ਸਮਝਦਾ ਕਿ ਅਨਪੜ੍ਹਤਾ। ਅਸੀਂ ਗਲਤ ਬੰਦੇ ਨੂੰ ਚੂਜ਼ ਕੀਤਾ, ਅਤੇ ਉਹ ਜਦੋਂ ਅਸੀਂ ਗਲਤ ਬੰਦੇ ਨੂੰ ਚੂਜ਼ ਕੀਤਾ ਤਾਂ ਉਹਨੇ ਗਲਤ ਡਿਸੀਜ਼ਨ ਲੈਣੇ ਆ, ਉਹਨੇ ਗਲਤ ਸਾਡੇ 'ਤੇ ਅੱਤਿਆਚਾਰ ਕਰਨੇ ਆ। ਅਤੇ ਮੇਨ ਮੈਂ ਸਮਝਦਾ ਕਿ ਜੇ ਅੱਜ ਮੈਨੂੰ ਕੋਈ ਬੰਦਾ ਗਾਲ ਕੱਢਦਾ, ਜੇ ਅੱਜ ਮੈਂ ਗਰੀਬੀ 'ਚ ਹਾਂ, ਅੱਜ ਮੈਂ ਇੱਥੇ ਬੈਠਾ, ਤਾਂ ਮੇਨ ਮੈਂ ਆਪਦੇ ਆਪ ਨੂੰ ਅਸੀਂ ਦੂਜੇ 'ਤੇ ਸੁੱਟ ਦਿੰਦੇ ਹਾਂ ਬਈ ਸਾਡੇ 'ਤੇ ਪੋਲੀਟੀਕਲ ਸਿਸਟਮ ਮਾੜਾ, ਸਾਡਾ ਪੰਜਾਬ ਗਰਕਦਾ ਜਾ ਰਿਹਾ। ਮੈਨੂੰ ਲੱਗਦਾ ਕਿ ਜੇ ਅਸੀਂ ਸਾਰੇ ਆਪਣੇ 'ਤੇ ਜ਼ਿੰਮੇਵਾਰੀ ਲੈ ਲਈਏ ਤਾਂ ਅਸੀਂ ਇਹ ਸੁਧਾਰ ਸਕਦੇ ਹਾਂ ਚੀਜ਼। ਇਹਦੇ ਵਾਸਤੇ ਐਜੂਕੇਸ਼ਨ ਦੀ ਲੋੜ ਆ, ਅਤੇ ਪੋਲੀਟੀਕਲ 'ਤੇ ਮੈਨੂੰ ਲੱਗਦਾ ਕਿ ਦੂਸਰੇ 'ਤੇ ਬਲੇਮ ਲਾਉਣ ਦੀ ਬਜਾਏ ਸਾਨੂੰ ਆਪਦੇ ਆਪ ਨੂੰ ਬਲੇਮ ਲਾ ਕੇ ਉਹ ਚੀਜ਼ ਨੂੰ ਇੰਪਰੂਵ ਕਰਨਾ ਚਾਹੀਦਾ। ਪੰਜਾਬੀ ਗੀਤਾਂ ਵਿੱਚ ਵੀ ਔਰ ਬਾਲੀਵੁੱਡ ਦੇ ਹਿੰਦੀ ਗੀਤਾਂ ਦੇ ਵਿੱਚ ਵੀ ਔਰਤ ਨੂੰ, ਕੁੜੀਆਂ ਨੂੰ ਇੱਕ ਆਬਜੈਕਟ ਦੀ ਤਰ੍ਹਾਂ, ਪਦਾਰਥ ਦੀ ਤਰ੍ਹਾਂ ਲਿਆ ਜਾਂਦਾ ਹੈ ਕਿ ਉਹ ਇੱਕ ਸਾਡਾ ਪ੍ਰੋਡਕਟ ਹੈ ਜੀ। ਤੁਹਾਡਾ ਇਹਦੇ 'ਤੇ ਕੀ ਟੇਕ ਹੈ ਗੀਤਾਂ ਦੇ ਵਿੱਚ, ਖਾਸ ਤੌਰ 'ਤੇ ਪੰਜਾਬ ਦੀ ਮਾਰਕੀਟ ਦੇ ਵਿੱਚ? ਪ੍ਰੋਡਕਟ ਉਹ ਇੱਕ ਮਾਰਕੀਟ ਦਾ ਆਪਾਂ ਕਹਿ ਲਈਏ, ਜਿਵੇਂ ਪਹਿਲਾਂ ਗਾਣੇ ਆਉਂਦੇ ਸੀ ਚੋਲੀ ਕੇ ਪਿੱਛੇ ਕਿਆ ਹੈ ਇੱਦਾਂ ਦਾ, ਹੈ ਨਾ, ਵੀ ਉਹ ਇੱਕ ਅਸ਼ਲੀਲ ਕਾਮਿਕ ਜਿਹੜੇ ਗਾਣੇ ਸਾਡੇ 'ਚ ਆਏ ਵੀ ਆ, ਹੁਣ ਵੀ ਆਉਂਦੇ ਆ, ਉਹ ਇੱਕ ਮਾਰਕੀਟ ਨੂੰ ਹੀ ਰੱਖ ਕੇ ਵੀ ਲੋਕ ਇਹ ਚੀਜ਼ ਲਾਈਕ ਕਰਦੇ ਆ, ਲੋਕਾਂ ਦਾ ਧਿਆਨ ਖਿੱਚਣ ਲਈ ਜੀ ਉਹ ਚੀਜ਼ ਲਈ ਉਹ ਚੀਜ਼ ਬਣਾਈ ਜਾਂਦੀ ਆ, ਪੈਸੇ ਲਈ ਉਹ ਚੀਜ਼ ਬਣਾਈ ਜਾਂਦੀ ਆ, ਅਤੇ ਉਹ ਚੀਜ਼ ਰਹੂਗੀ ਵੀ ਅਤੇ ਹੈਗੀ ਵੀ ਆ ਅਤੇ ਪਿੱਛੇ ਰਹੀ ਵੀ ਆ, ਅਤੇ ਉਹ ਚੀਜ਼ ਨੂੰ ਅਸੀਂ ਮੈਨੂੰ ਲੱਗਦਾ ਕਿ ਕਿਉਂਕਿ ਸਾਡੇ ਵਿੱਚ ਉਹ ਪ੍ਰਵਿਰਤੀਆਂ ਨੇ, ਜਿੰਨਾ ਚਿਰ ਉਹ ਪ੍ਰਵਿਰਤੀ ਨਹੀਂ ਖਤਮ ਹੁੰਦੀ ਤਾਂ ਉਹ ਮਾਰਕੀਟ 'ਚ ਉਹ ਚੀਜ਼ਾਂ ਅਸੀਂ ਖਤਮ ਨਹੀਂ ਕਰ ਸਕਦੇ। ਅੱਛਾ, ਤੁਹਾਨੂੰ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹਨੂੰ ਲੈ ਕੇ ਕੀ ਨਜ਼ਰ ਆਉਂਦਾ, ਕੀ ਫਿਕਰ ਨਜ਼ਰ ਆਉਂਦਾ? ਬੇਰੁਜ਼ਗਾਰੀ ਮੈਂ ਮੇਨ ਮੰਨਦਾ, ਜਦੋਂ ਤੁਸੀਂ ਬਿਜ਼ੀ ਹੋ, ਹੈ ਨਾ, ਤਾਂ ਤੁਹਾਡਾ ਮਨ ਥੋੜ੍ਹਾ ਘੱਟ ਭਟਕਦਾ ਅਤੇ ਤੁਹਾਡਾ ਮਨ ਬਿਜ਼ੀ ਰਹਿੰਦਾ। ਇਸ ਇੰਡਸਟਰੀ ਦਾ ਭਵਿੱਖ ਤੁਸੀਂ ਕੀ ਦੇਖਦੇ ਹੋ, ਇਹਦੀ ਵੈਲਿਡਿਟੀ ਕੋਈ ਹੈ? 10 ਸਾਲ ਚੱਲਾਂਗੇ, 20 ਸਾਲ ਚੱਲਾਂਗੇ? ਕੋਈ ਮਨ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਪੈਰ ਰੱਖਣ ਤੋਂ ਪਹਿਲਾਂ ਕੋਈ ਡਰ ਵੀ ਸੀਗਾ? ਸਿੰਗਰ ਦੀ ਤਾਂ ਮੈਂ ਕਿ ਦਾਤਾ ਤੇ ਭਗਤ ਸੂਰਮੇ ਤਿੰਨੋਂ ਜੱਗ ਜਾਂਦੇ ਨੇ, ਇਹਦੇ 'ਚ ਸਿੰਗਰ ਤਾਂ ਕਿਤੇ ਨਹੀਂ ਆ ਗਏ, ਹੈ ਨਾ, ਅਸੀਂ ਮੈਂ ਬਾਹਲਾ ਟਾਈਮ ਤਾਂ ਆਪਾਂ ਜਾਣਾ ਨੇ ਕਿਉਂਕਿ ਇੱਕ ਇੰਟਰਟੇਨ ਆ, ਹੈ ਨਾ, ਅਤੇ ਇਹ ਆ ਚੀਜ਼ ਜਿੰਨਾ ਮੈਂ ਆਪਦੇ ਆਪ ਨੂੰ ਬਦਲੀ ਜਾਊਂਗਾ, ਚੇਂਜ ਕਰੀ ਜਾਊਂਗਾ, ਕਿਉਂਕਿ ਜਿੰਨੇ ਛੋਟੇ ਕਿਉਂਕਿ ਜਨਰੇਸ਼ਨ ਆ, ਹੈ ਨਾ, ਜਿੰਨੇ ਮੈਂ ਵੱਡੇ ਲੋਕਾਂ ਨੂੰ ਖੁਸ਼ ਕਰੂੰਗਾ ਉਨਾ ਮੈਂ ਛੇਤੀ ਖਤਮ ਹੋ ਜਾਊਗਾ, ਜਿੰਨੇ ਮੈਂ ਛੋਟੇ ਬੱਚੇ ਨੂੰ ਖੁਸ਼ ਕਰੂੰਗਾ ਛੇਤੀ ਕਰੂੰਗਾ ਉਨਾ ਮੈਂ ਜ਼ਿਆਦਾ ਲੌਂਗ ਟਾਈਮ ਚੱਲੂੰਗਾ। ਜਿਹੜੀ ਸੋਸ਼ਲ ਮੀਡੀਆ ਦੀ ਪਾਵਰ ਹੈਗੀ ਹੈ, ਉਹਦੇ ਵਿੱਚ ਤੁਹਾਨੂੰ ਚੈਲੰਜਸ ਕੀ ਨਜ਼ਰ ਆਉਂਦੇ ਨੇ? ਮਤਲਬ ਤੁਹਾਨੂੰ ਬਣਾਇਆ ਤਾਂ ਸੋਸ਼ਲ ਮੀਡੀਆ ਨੇ, ਸਟਾਰ ਹੈ ਜਿਹੜੀ ਓਵਰਆਲ ਪਰਸੈਪਸ਼ਨ ਹੈ, ਭਾਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਨਹੀਂ ਮੰਨਦਾ, ਪਰ ਅੱਜ ਤੁਹਾਨੂੰ ਚੈਲੰਜਸ ਕੀ ਲੱਗਦੇ ਹੈ? ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੁਹਾਡਾ ਜਿਹੜਾ ਸਕੂਨ ਆ ਉਹ ਤੁਹਾਨੂੰ ਹਮੇਸ਼ਾ ਐਕਟਿਵ ਰਹਿਣਾ ਪੈਂਦਾ, ਜਿਹੜਾ ਤੁਹਾਡਾ ਆਪਣਾ ਕੰਮ ਆ, ਮੈਨੂੰ ਕਦੇ ਕਦੇ ਚੈਲੇਂਜ ਲੱਗਦਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ, ਮੈਨੂੰ ਇਹ ਸਭ ਤੋਂ ਵੱਡੀ ਆਪਦੇ ਲਈ ਲੱਗਦੀ ਆ ਚੈਲੇਂਜ, ਕਿ ਤੁਸੀਂ ਆਪਣਾ ਵਰਕ ਕਦੇ ਨਾ ਕਦੇ ਤੁਸੀਂ ਤੁਹਾਨੂੰ ਛੱਡ ਕੇ ਜਿਹੜਾ ਸਕੂਨ ਆ ਉਹ ਬਈ ਅਪਡੇਟ ਹੋ ਜਾਓ, ਇੰਸਟਾ 'ਤੇ ਸਟੋਰੀ ਪਾ ਦਿਓ, ਸਨੈਪਚੈਟ 'ਤੇ ਸਟੋਰੀ ਪਾ ਦਿਓ, ਤੁਹਾਡੇ ਹਮੇਸ਼ਾ ਦਿਮਾਗ 'ਚ ਉਹ ਚੀਜ਼ ਰੜਕਦੀ ਰਹਿੰਦੀ ਆ। ਲਿਟਰੇਚਰ ਦਾ ਕੀ ਯੋਗਦਾਨ ਸੀ, ਉਹਦਾ ਕੀ ਅਸਰ ਸੱਜਣ ਦੀਪ ਦੀ ਪਰਸਨੈਲਿਟੀ 'ਤੇ ਰਿਹਾ? ਕਿਉਂਕਿ ਇੱਕ ਨਾ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਤੁਸੀਂ ਆਪਣੇ ਨੇਚਰ ਤੋਂ ਓਪੋਜ਼ਿਟ ਕਦੇ ਨਹੀਂ ਜਾ ਸਕਦੇ, ਇਹ ਮੈਂ ਇੱਦਾਂ ਹੀ ਮੇਰੀ ਜਿਹੜਾ ਪਰਵਰਿਸ਼ ਇੱਦਾਂ ਹੋਈ ਆ, ਮੈਂ ਸ਼ੁਰੂ ਤੋਂ ਸਟਾਰਟਿੰਗ ਤੋਂ ਮਾਨ ਸਾਹਿਬ ਦੇ ਗਾਣੇ ਗਾਉਂਦਾ ਰਿਹਾ, ਥੋੜ੍ਹੇ ਜਿਹੇ ਸਲੀਕੇ ਵਾਲੇ, ਅਤੇ ਉਹ ਚੀਜ਼ ਮੇਰੇ ਨੇਚਰ 'ਚ ਆ, ਮੇਰੇ ਪੇਰੈਂਟਸ ਕਰਕੇ ਉਹਦੀ ਪਰਵਰਿਸ਼ ਕਰਕੇ ਨੇਚਰ 'ਚ ਆ। ਫਿਰ ਅਸੀਂ ਯੂਨੀਵਰਸਿਟੀ ਪੜ੍ਹੇ, ਉੱਥੇ ਬੁੱਕਸ ਪੜ੍ਹੀਆਂ, ਉੱਥੋਂ ਦਾ ਜਿਹੜਾ ਆਲਾ ਦੁਆਲਾ, ਉਸਨੇ ਪੰਜਾਬੀ ਲਿਟਰੇਚਰ ਦੇ ਦੋਸਤ, ਉਹ ਮੇਰੇ ਦੋਸਤ ਸੀਗੇ, ਉਹ ਫਿਰ ਉਹ ਚੀਜ਼ ਦਾ ਮੇਰੇ 'ਤੇ ਬਹੁਤ ਡੂੰਘਾ ਇਫੈਕਟ ਰਿਹਾ। ਤੁਹਾਡੇ ਗੀਤਾਂ ਦੇ ਨਾਲ ਵੀ ਪਰਸਨੈਲਿਟੀ ਲੋਕ ਜੱਜ ਕਰ ਲੈਂਦੇ ਨੇ, ਜਦੋਂ ਇਸ਼ਕਾਂ ਦੇ ਲੇਖੇ ਆਉਂਦਾ ਤਾਂ ਕਹਿੰਦੇ ਕਿ ਇਹ
ਪੜ੍ਹਿਆ ਲਿਖਿਆ ਸਾਹਿਤ ਤੋਂ ਜੁੜਿਆ ਹੋਇਆ ਸੱਜਣ ਅਦੀਬ ਹੈ ਕੋਈ ਗਾਇਕ ਕੋਈ ਕਲਾਕਾਰ, ਸੋ ਪਰਸਨੈਲਿਟੀ ਤੁਹਾਡੇ ਗੀਤਾਂ ਭਾਵੇਂ ਉਹ ਲੇਖਣੀ ਦੇ ਵਿੱਚ ਹੋਵੇ ਭਾਵੇਂ ਗਾਉਣ ਦੇ ਵਿੱਚ ਹੋਵੇ, ਉਹ ਕਿੰਨਾ ਕੁ ਡਿਫਾਈਨ ਕਰਦੀ ਹੈ, ਉਹ ਕਿੰਨੀ ਕੁ ਪਰਸੈਪਸ਼ਨ ਲੋਕਾਂ 'ਚ ਬਣ ਜਾਂਦੀ ਹੈ? ਨਹੀਂ ਹਾਂ, ਉਹੀ ਜੋ ਤੁਸੀਂ ਹੋ ਉੱਦਾਂ ਤੁਸੀਂ ਗੀਤ ਚੂਜ਼ ਕਰਦੇ ਹੋ, ਉੱਦਾਂ ਦੀ ਕੰਪੋਜੀਸ਼ਨ ਕਰਦੇ ਹੋ, ਉੱਦਾਂ ਦਾ ਤੁਸੀਂ ਗਾਣੇ ਨੂੰ ਪ੍ਰਮੋਟ ਕਰਦੇ ਹੋ, ਉਹ ਚੀਜ਼ ਤੁਹਾਡੀ ਸਾਹਮਣੇ ਆ ਜਾਂਦੀ ਆ। ਬਟ ਮੈਂ ਇਹ ਵੀ ਸਮਝਦਾ ਕਿ ਜੋ ਕਲਾਕਾਰ ਆ ਉਹ ਕਲਾਕਾਰ ਆ, ਉਹ ਕੁਛ ਵੀ ਕਰ ਸਕਦਾ। ਜੇ ਮੈਨੂੰ ਅੱਜ ਕਹਿਣਗੇ ਕਿ ਸੱਜਣ ਤੂੰ ਤਾਂ ਇਹੀ ਆ, ਤੂੰ ਇਹ ਚੀਜ਼ ਨਹੀਂ ਕਰ ਸਕਦਾ, ਤੂੰ ਤੇਰੇ ਤੇਰੀ ਇਹ ਅਸੀਂ ਬਾਉਂਡਰੀ ਲਾਈਨ ਖਿੱਚਤੀ, ਤਾਂ ਮੈਨੂੰ ਲੱਗਦਾ ਕਿ ਉਹ ਕਲਾਕਾਰ ਨੂੰ ਮਾਰਨ ਵਾਲੀ ਗੱਲ ਆ। ਜੇ ਕਹਿ ਦਈਏ ਕਿ ਸੱਜਣ ਤੂੰ ਤਾਂ ਜੀ ਅਤੇ ਤੂੰ ਇੱਕ ਸ਼ਰੀਫ ਜਿਹਾ ਮੁੰਡਾ ਅਤੇ ਤੂੰ ਰੋਮੈਂਟਿਕ ਗਾਣੀ ਗਾ ਸਕਦਾ, ਹੈ ਨਾ, ਤਾਂ ਮੈਨੂੰ ਲੱਗਦਾ ਕਿ ਉਹ ਮੇਰੇ 'ਤੇ ਕਿਸੇ ਨੇ ਬਾਉਂਡਰੀ ਲਾਈਨ ਖਿੱਚਤੀ। ਮੈਨੂੰ ਕਹਿ ਰਿਹਾ ਕਿ ਤੂੰ ਇਸ ਇੱਕ ਕੁੜੀ ਨੂੰ ਕਹਿ ਰਿਹਾ ਕਿ ਤੂੰ ਘਰ ਹੀ ਰਹਿਣਾ, ਤੂੰ ਬਾਹਰ ਨਹੀਂ ਜਾਣਾ, ਤੂੰ ਤਾਂ ਇੱਦਾਂ ਦੀ ਆ, ਤਾਂ ਮੈਨੂੰ ਉਹ ਕਦੇ ਨਾ ਕਦੇ ਆਪਦੀ ਫਰੀਡਮ 'ਚ ਲੱਗਦੀ ਆ। ਮੈਂ ਇਸ਼ਕਾਂ ਦੇ ਲੇਖੇ ਦੇ ਜਿਹੜੇ ਲੇਟੈਸਟ ਵਿਊਜ਼ ਚੈੱਕ ਕਰ ਰਿਹਾ ਸੀ, ਉਹ 51 ਮਿਲੀਅਨ ਪਲੱਸ ਨੇ, ਅਤੇ ਇਹ ਜਿਹੜਾ ਵਿਊਜ਼ ਦੀ ਵੀ ਇੱਕ ਗੇਮ ਜਿਹੜੀ ਹੁੰਦੀ ਹੈ। ਇੱਕ ਗਾਇਕ ਦੀ ਇੰਟਰਵਿਊ ਕਰਨ ਵੇਲੇ ਜਦੋਂ ਮੈਂ ਸਵਾਲ ਪੁੱਛ ਲਿਆ ਤਾਂ ਨਾਰਾਜ਼ ਹੋ ਗਿਆ ਸੀਗਾ ਕਿ ਇਹ ਸਵਾਲ ਤੁਸੀਂ ਕਿਉਂ ਪੁੱਛਿਆ, ਅਤੇ ਉਹ ਜਿਹੜੀ ਖਰੀਦੋ ਫਰੋਖਤ ਹੈਗੀ ਹੈ ਵਿਊਜ਼ ਦੀ, ਲਾਈਕਸ, ਕਮੈਂਟਸ ਦੀ, ਇਹਦੇ 'ਤੇ ਤੁਹਾਡਾ ਟੇਕ ਕੀ ਹੈ ਕਿ ਉਸੇ ਨਾਲ ਹੀ ਅੱਜ ਕੱਲ੍ਹ ਸਟਾਰ ਬਣਿਆ ਜਾ ਸਕਦਾ ਕਿ ਅਸੀਂ ਟ੍ਰੈਂਡਿੰਗ 'ਚ ਆ ਗਏ ਜੀ ਯੂਟਿਊਬ 'ਤੇ, ਜਾਂ ਅਸੀਂ ਟਵਿੱਟਰ 'ਤੇ ਟ੍ਰੈਂਡ ਕਰ ਰਹੇ ਹਾਂ ਹੈਸ਼ਟੈਗ ਦੇ ਨਾਲ? ਨਹੀਂ, ਸਟਾਰ ਤਾਂ ਜੇ ਤੁਹਾਡੇ ਲੋਕਾਂ ਦੀ ਦਿਲ 'ਚ ਜਗ੍ਹਾ ਹੈਗੀ ਆ, ਸਟਾਰ ਤਾਂ ਤੁਸੀਂ ਜੇ ਤੁਹਾਨੂੰ ਕੋਈ ਕਹਿ ਰਿਹਾ ਸਟਾਰ ਤਾਂ ਸਟਾਰ ਹੋ, ਨਹੀਂ ਤਾਂ ਤੁਸੀਂ ਬੰਦੇ ਹੀ ਹੋ, ਹੈ ਨਾ। ਇੱਦਾਂ ਇੱਦਾਂ ਮੈਂ ਇਹ ਚੀਜ਼ ਮੰਨਦਾ, ਜੇ ਕਿਸੇ ਨੇ ਗਾਣਾ ਸੁਣਿਆ ਤਾਂ ਸੁਣਿਆ, ਉਹਦਾ ਮਿਲੀਅਨਸ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਮਿਲੀਅਨਸ ਕਿਉਂ ਕਰਾ ਲੈਂਦੇ ਨੇ? ਕਿਉਂਕਿ ਕੋਈ ਕੰਪਨੀ ਆ, ਇੱਕ ਪ੍ਰੋਫਾਈਲ ਬਣ ਜਾਂਦੀ ਆ ਵੀ ਇੰਨਾ ਗਾਣਾ ਚੱਲਿਆ ਵਾ, ਕੰਪਨੀ ਵਾਲੇ ਨੇ, ਉਹਨਾਂ ਦਾ ਕੰਮ ਬਿਜ਼ਨਸ ਆ, ਉਹਨਾਂ ਨੇ ਪੈਸਾ ਲਾਉਣਾ, ਪਰ ਉਹਨਾਂ ਨੇ ਜਾ ਕੇ ਸਰਵੇ ਨਹੀਂ ਕੀਤਾ ਹੁੰਦਾ ਵੀ ਗਾਣਾ ਚੱਲਿਆ, ਉਹਨਾਂ ਨੇ ਸਿਰਫ ਉੱਤੇ ਦੇਖਣਾ ਵੀ ਇਹਦੇ ਕਿੰਨਾ ਗਾਣਾ ਚੱਲ ਗਿਆ, ਉਹ ਦੂਜਾ ਉਹਨੂੰ ਦੇ ਦਿੰਦੇ ਆ, ਪੈਸਾ ਦੇ ਦਿੰਦੇ ਆ ਵੀ ਚਲੋ ਤੂੰ ਨੈਕਸਟ ਕਰ ਲਾ। ਉਹ ਇੱਕ ਪ੍ਰੋਫਾਈਲ ਬਣਾਉਣ ਲਈ, ਇੱਕ ਫੇਕਨੈਸ, ਉਹ ਇੱਕ ਕੰਪਨੀਆਂ ਲਈ, ਜਾਂ ਇੱਦਾਂ ਮੈਨੂੰ ਇੱਦਾਂ ਲੱਗਦਾ ਕਿ ਕਲਾਕਾਰ ਨੂੰ ਆਪਣੇ ਬਿਜ਼ਨਸ ਲਈ, ਆਪਣੇ ਆਪ ਨੂੰ ਆਪਦੇ ਕੰਮ ਨੂੰ ਚਲਾਉਣ ਲਈ ਉਹ ਚੀਜ਼ ਕਰਨੀ ਪੈਂਦੀ ਆ, ਅਦਰਵਾਈਜ਼ ਲੋਕਾਂ ਨੂੰ ਉਹ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ, ਅਤੇ ਕਲਾਕਾਰ ਨੂੰ ਵੀ ਉਹ ਚੀਜ਼ ਦਾ ਕੋਈ ਬੜਾ ਬੈਨੀਫਿਟ ਨਹੀਂ ਹੁੰਦਾ, ਉਹਨੂੰ ਸਿਰਫ ਬਿਜ਼ਨਸ 'ਚ ਥੋੜ੍ਹਾ ਬੈਨੀਫਿਟ ਹੁੰਦਾ ਉਹ ਚੀਜ਼ ਦਾ। ਇੱਕ ਚੀਜ਼ ਤੁਸੀਂ ਇਹਦੇ ਵਿੱਚ ਕੀਤੀ, ਕੰਪਨੀਜ਼ ਦੀ ਗੱਲ ਕੀਤੀ ਹੈ, ਬੈਨੀਫਿਟ ਦੀ ਤੁਸੀਂ ਗੱਲ ਕੀਤੀ ਹੈ, ਸਿੱਧਾ ਨਾ ਸਿੱਧਾ ਕਿਤੇ ਨਾ ਕਿਤੇ ਹੈ ਤਾਂ ਇਹ ਮਾਰਕੀਟ, ਕਮਰਸ਼ੀਅਲ ਮਾਰਕੀਟ ਹੈ। ਇਹਦੇ ਵਿੱਚ ਤੁਹਾਨੂੰ ਕੰਪਨੀਜ਼ ਜਿਹੜੀਆਂ ਮਿਊਜ਼ੀਕਲ ਕੰਪਨੀਜ਼ ਨੇ, ਉਹ ਜਦੋਂ ਕੰਟਰੈਕਟਸ ਕਰਦੀਆਂ ਨੇ ਸਿੰਗਰਸ ਦੇ ਨਾਲ, ਫਿਰ ਕੁਛ ਸਿੰਗਰ ਸਾਡੇ ਪੰਜਾਬ ਦੇ ਉਹ ਆਜ਼ਾਦ ਵੀ ਨੇ, ਖੁਦ ਇੰਡੀਪੈਂਡੈਂਟ ਵੀ ਕੰਮ ਕਰ ਰਹੇ ਨੇ, ਉਹ ਬੰਦਿਸ਼ ਕਿੰਨੀ ਕੁ ਮਹਿਸੂਸ ਹੁੰਦੀ ਹੈ, ਔਰ ਤੁਹਾਨੂੰ ਲੱਗਦਾ ਕਿ ਉਹ ਇੱਕ ਵਾਰੀ ਉਹ ਧੱਕੇ ਖਾਣੇ ਜ਼ਰੂਰੀ ਨੇ ਇੱਕ ਆਰਟਿਸਟ ਲਈ? ਹਾਂਜੀ, ਉਹ ਜ਼ਰੂਰੀ ਵੀ ਨੇ, ਕਿਉਂਕਿ ਤਾਂ ਕਿਉਂਕਿ ਇਹਦਾ ਔਰਾ ਵੱਡਾ ਇੰਡਸਟਰੀ ਦਾ, ਹੈ ਨਾ, ਤੁਹਾਨੂੰ ਇੱਕੋ ਦਮ ਤੁਸੀਂ ਨਵੇਂ ਆਏ ਹੁੰਦੇ ਹੋ ਵਿੱਚ ਆ ਕੇ ਪਹਿਨੇ ਹੋ, ਤਾਂ ਤੁਹਾਨੂੰ ਭੇਦ ਨਹੀਂ ਪੈਂਦਾ ਕੋਈ ਬੰਦਾ ਸਹੀ ਗੱਲ ਕਰ ਰਿਹਾ ਕਿ ਨਹੀਂ ਗੱਲ ਕਰ ਰਿਹਾ। ਉਹ ਕਿਤੇ ਨਾ ਕਿਤੇ ਜ਼ਰੂਰੀ ਵੀ ਨੇ, ਪਰ ਲਿਮਿਟ 'ਚ ਰਹਿ ਕੇ, ਹਰ ਇੱਕ ਚੀਜ਼ ਦੀ ਲਿਮਿਟ ਆ, ਜਦੋਂ ਤੁਹਾਡੇ 'ਤੇ ਕੋਈ ਜ਼ਿਆਦਾ ਪ੍ਰੈਸ਼ਰ ਪਾਉਂਦਾ, ਤੁਹਾਡੀ ਸੋਚ 'ਤੇ, ਤੁਹਾਡੀ ਸੋਚ ਨੂੰ ਜਕੜਨ ਦੀ ਕੋਸ਼ਿਸ਼ ਕਰਦਾ, ਹੈ ਨਾ, ਤਾਂ ਤੁਸੀਂ ਤੁਸੀਂ ਭਾਵੇਂ ਸਟਾਰ ਹੀ ਹੋ ਪਰ ਤੁਸੀਂ ਡਿਪਰੈਸਡ ਹੋਵੋਗੇ, ਜਿਹੜੀ ਚੀਜ਼ ਤੁਹਾਡੀ ਪਸੰਦ ਦੀ ਆਈ ਨਹੀਂ ਰਹੀ, ਹੈ ਨਾ, ਤੁਹਾਨੂੰ ਲੱਗਦਾ ਕਿ ਇਹ ਚੀਜ਼ ਵਧੀਆ ਨਹੀਂ ਹੈਗੀ, ਮੈਨੂੰ ਚੰਗੀ ਨਹੀਂ ਲੱਗਦੀ ਦਿਲ ਨੂੰ, ਤਾਂ ਉਹ ਤੁਹਾਡੀ ਸੋਚ 'ਤੇ ਜ਼ਿਆਦਾ ਕਾਬਜ਼ ਨਾ ਹੋਵੇ, ਤੁਹਾਡਾ ਸਕੂਨ ਨਾ ਜਾਵੇ, ਬਸ ਇੰਨਾ ਕੁ ਰੱਖੋ ਵੀ ਤੁਹਾਡਾ ਸਕੂਨ ਨਾ ਜਾਵੇ, ਵੀ ਉਨਾ ਕੁ ਕੰਮ ਕਰੋ, ਉਨਾ ਕੁ ਕਿਸੇ ਨੂੰ ਬਾਂਹ ਫੜਾਓ, ਉਨਾ ਕਿਸੇ ਨੂੰ ਹੱਥ ਫੜਾਓ, ਜਿੰਨਾ ਕੁ ਤੁਸੀਂ ਤੁਹਾਡਾ ਸਰਕਲ ਆ, ਵੀ 50-50 ਕਰੋ, ਵੀ ਜ਼ਿਆਦਾ ਵੀ ਨਾ ਕਰੋ ਅਤੇ ਜ਼ਿਆਦਾ ਅੱਗੇ ਵੀ ਵਧੋ, ਕਿਉਂਕਿ ਕਈ ਵਾਰ ਤੁਸੀਂ ਸੋਚ ਜਾਂਦੇ ਵੀ ਮੈਂ ਤਾਂ ਕਰਨਾ ਹੀ ਨਹੀਂ ਹੈਗਾ, ਪਰ ਤੁਸੀਂ ਪਿੱਛੇ ਰਹਿ ਜਾਂਦੇ ਹੋ, ਕਿਉਂਕਿ ਹਰ ਇੱਕ ਲਾਈਫ 'ਚ ਥੋੜ੍ਹਾ ਕੰਪਰੋਮਾਈਜ਼ ਵੀ ਜ਼ਰੂਰੀ ਪੈਂਦਾ ਨਾ, ਥੋੜ੍ਹੀ ਐਡਜਸਟਮੈਂਟ ਕਰਨੀ ਪੈਂਦੀ, ਥੋੜ੍ਹਾ ਕੰਪਰੋਮਾਈਜ਼ ਕਰਨਾ ਪੈਂਦਾ, ਅਤੇ ਜਦੋਂ ਕਹਿੰਦਾ ਵੀ ਲਕੀਰ ਖਿੱਚਦੀ ਮੈਂ ਤਾਂ ਇੱਦਾਂ ਹੀ ਕਰਨਾ, ਉਹ ਵੀ ਕਦੇ ਨਾ ਕਦੇ ਬੰਦਾ ਉਹ ਚੀਜ਼ ਦਾ ਪਿੱਛੇ ਰਹਿ ਜਾਂਦਾ। ਮੈਂ ਕੁਛ ਡਿਫਰੈਂਟ ਚਾਹੁੰਦਾ ਸੀਗਾ, ਅਤੇ ਉਹ ਇੱਦਾਂ ਅਦੀਬ ਰੱਖ ਲਿਆ, ਅਤੇ ਸੱਜਣ ਬਰਥਨੇ ਵਾਂ ਅਤੇ ਅਦੀਬ ਇਕਤ ਖਲਸ।
ਸਜਨ 2015 ਦੇ ਵਿੱਚ ਤੁਹਾਡੇ ਗੀਤ ਆਉਂਦਾ ਇਸ਼ਕਾਂ ਤੇ ਲਿਖੇ, 2015 ਦੇ ਵਿੱਚ ਇਹ ਲਿਖਿਆ ਗਿਆ ਸੀ ਜੋ ਮੈਨੂੰ ਇਨਫੋਰਮੇਸ਼ਨ ਜਿਹੜੀ ਮੇਰੀ ਰਿਸਰਚ ਹੈਗੀ ਹੈ ਜਿਹੜਾ ਤੁਸੀਂ ਗਾਇਆ ਸੀ ਔਰ ਆਫੀਸ਼ਲੀ ਭਾਵੇਂ 2016 'ਚ ਹੀ ਰਿਲੀਜ਼ ਹੋਇਆ ਲੋਕਾਂ ਨੂੰ ਜਿਹੜਾ ਸੁਣਨ ਨੂੰ ਮਿਲਿਆ, ਇਸ ਗਾਣੇ ਦੇ ਪਿੱਛੇ ਦੀ ਕਹਾਣੀ ਕੀ ਹੈ? ਕਿਵੇਂ ਗਾਣਾ ਤੁਹਾਡੇ ਕੋਲ ਆਉਂਦਾ ਹੈ, ਪਹਿਲਾਂ ਕਿਸੇ ਹੋਰ ਕੋਲ ਜਾਂਦਾ ਹੈ, ਫਿਰ ਤੁਹਾਡੀ ਝੋਲੀ ਪੈਂਦਾ ਹੈ, ਫਿਰ ਸਾਰਾ ਪੰਜਾਬ ਜਾਂ ਜਿੱਥੇ ਵੀ ਮੌਸੀਕੀ ਦੇ ਜਿਹੜੇ ਸੁਣਨ ਵਾਲੇ ਲੋਕ ਨੇ ਉਹਨਾਂ ਤੱਕ ਇਹ ਗਾਣਾ ਪਹੁੰਚਦਾ ਹੈ? ਇਹ ਗਾਣਾ ਕਿਸੇ ਕਲਾਕਾਰ ਲਿਖੇ, ਕੈਨੇਡਾ ਦਾ ਕਲਾਕਾਰ ਸੀ ਕੋਈ, ਉਹਦੇ ਲਿਖਿਆ ਗਿਆ ਸੀਗਾ। ਉਹ ਕਹਿੰਦਾ ਸੀਗਾ ਕਿ ਮੈਨੂੰ ਕੋਈ ਗਾਣਾ ਚਾਹੀਦਾ ਮਨਵਿੰਦਰ, ਅਤੇ ਮਨਵਿੰਦਰ ਕਹਿੰਦਾ ਕਿ ਚਲੋ ਮੈਨੂੰ ਕੁਛ ਵੀ ਪੈਸੇ ਵਗੈਰਾ ਮਿਲ ਜਾਣਗੇ ਅਤੇ ਮੈਂ ਉਹਨੂੰ ਗਾਣਾ ਦੇ ਦੂੰਗਾ। ਬਟ ਜਦੋਂ ਉਹਨੇ ਉਹਦੇ ਲਈ ਗਾਣਾ ਲਿਖਿਆ ਅਤੇ ਉਹਨੂੰ ਸੈਂਡ ਕੀਤਾ, ਉਹ ਕਲਾਕਾਰ ਨੂੰ ਪਸੰਦ ਨਹੀਂ ਆਇਆ। ਉਹ ਕਹਿੰਦਾ ਕਿ ਤਾਂ ਬਹੁਤ ਕਵਿਤਾ ਆ ਗਈ, ਇੱਕ ਲਿਟਰੇਚਰ ਆ, ਵੀ ਇਹ ਮੈਨੂੰ ਇਹ ਤਾਂ ਨਹੀਂ ਹਜ਼ਮ ਆਇਆ ਹਨ। ਅਤੇ ਮੇਰੀ ਅਤੇ ਮਨਵਿੰਦਰ ਦੀ ਕਾਫੀ ਟਾਈਮ ਤੋਂ ਬੌਂਡਿੰਗ ਸੀਗੀ, ਅਸੀਂ ਹੋਸਟਲ ਵਿੱਚ ਗਾਣੇ ਗਾਉਂਦੇ ਰਹਿੰਦੇ ਸੀ, ਬਣਾਉਂਦੇ ਰਹਿੰਦੇ ਸੀਗੇ। ਅਤੇ ਉਦੋਂ ਤੋਂ ਫਿਰ ਜਿਹੜਾ ਗਾਣਾ ਉਹਨੇ ਮੇਰੇ, ਮੈਨੂੰ ਅੱਜ ਵੀ ਯਾਦ ਆ ਕਿ 2015 ਵਿੱਚ ਮੈਂ ਹੋਸਟਲ ਵਿੱਚ ਗਾ ਰਿਹਾ ਸੀਗਾ, ਅਤੇ ਉਹਨੇ ਜਦੋਂ ਉਹਨੇ ਮੇਰਾ ਹੋਸਟਲ ਦਾ ਦਰਵਾਜ਼ਾ ਖੋਲ੍ਹਿਆ ਤਾਂ ਇੱਦਾਂ ਹੀ ਮੂਹਰੇ ਰੱਖ ਕੇ ਉਹਨੇ ਮੇਰੇ ਦਰਵਾਜ਼ਾ ਮੋਬਾਇਲ ਮੂਹਰੇ ਰੱਖਤਾ ਕਿ ਸੱਜਣਾ ਗਾਣਾ ਲਿਖਿਆ ਕਿਸੇ ਲਈ, ਅਤੇ ਤੂੰ ਇਹਦੀ ਕੰਪੋਜੀਸ਼ਨ ਬਣਾ ਕੇ ਦੇਖ ਲਾ, ਜੇ ਕਿਸੇ ਨੂੰ ਚੰਗਾ ਲੱਗਿਆ ਜਾਂ ਉਹਨੂੰ ਉਹ ਤਾਂ ਚੰਗਾ ਲੱਗਿਆ ਨਹੀਂ ਹੈਗਾ, ਜੇ ਤੈਨੂੰ ਚੰਗਾ ਲੱਗਦਾ ਤਾਂ ਤੂੰ ਗਾ ਲਈ। ਅਤੇ ਮੈਂ ਪੜ੍ਹਿਆ ਕਿ ਇਸ਼ਕਾਂ ਦੇ ਲੇਖੇ ਲੱਗ ਗਏ ਉਮਰਾਂ ਦੀ ਪੂੰਜੀ, ਤਾਂ ਮੈਨੂੰ ਵੀ ਨਹੀਂ ਸਮਝ ਆਇਆ, ਮੈਂ ਕਿਹਾ ਯਾਰ ਇਹ ਕੀ ਗੱਲ ਲਿਖੀ ਪਿਆ, ਤੂੰ ਯਾਦਾਂ ਦੇ ਰਾਹ ਸੁਲਤਾਨੀ ਜਾਂਦੇ ਹਾਂ ਹੁਣ ਜੀ ਜੀ, ਮੈਂ ਕਿਹਾ ਇਹਦੀ ਗੱਲ ਜੀ ਤਾਂ ਬਣ ਨਹੀਂ ਰਹੀ। ਕਹਿੰਦਾ ਚੱਲ ਕੋਈ ਨਾ ਤੂੰ ਗਾ ਲਾ। ਤੁਹਾਨੂੰ ਸ਼ਬਦਾਂ 'ਚ ਵਜ਼ਨ ਜ਼ਿਆਦਾ ਲੱਗਿਆ ਕਿ ਇਹ ਸ਼ਾਇਦ ਸਾਡੇ ਇੱਥੋਂ ਦੀ ਆਡੀਅੰਸ ਉਹ ਅਕਸੈਪਟ ਕਰੇ ਨਾ? ਯਾ ਮੈਨੂੰ ਇੱਦਾਂ ਲੱਗਿਆ ਕਿ ਬਈ ਇਹ ਨਾ ਇਹ ਬਹੁਤ ਹੈਵੀ ਗੱਲਾਂ ਨੇ, ਇਹ ਟੱਪਿਆਣੀਆਂ ਲੋਕਾਂ ਦੇ ਉੱਤੋਂ। ਅਤੇ ਉਹ ਕਹਿੰਦਾ ਚਲੋ ਤੂੰ ਗਾ ਕੇ ਦੇਖ ਲਾ, ਆਪਾਂ ਕਿਹੜਾ ਵੀ ਆਪਾਂ ਕਿਹੜਾ ਰਿਲੀਜ਼ ਕਰੀ ਜਾਂਦੇ ਹਾਂ, ਵੀ ਆਪਾਂ ਆਪਦੇ ਲਈ ਫਨ ਸ਼ਨ ਲਈ ਜਦੋਂ ਪਹਿਲਾਂ ਅਸੀਂ ਗਾਣੇ ਬਣਾਉਂਦੇ ਸੀਗੇ ਆਪਾਂ ਫਨ ਲਈ ਬਣਾ ਲੈਂਦੇ ਆਪਾਂ। ਅਤੇ ਮੈਂ ਜਦੋਂ ਉੱਦਾਂ ਬਣਾਇਆ ਉਹਨੇ ਰੱਖਿਆ ਮੋਬਾਇਲ ਕਿ ਮੈਂ ਇੱਦਾਂ ਹੀ ਗਾਤਾ ਉਹਨੂੰ, ਮੈਂ ਇਸ਼ਕਾਂ ਦੇ ਲੇਖੇ ਲੱਗ ਗਈ ਉਮਰਾਂ ਦੀ ਪੂੰਜੀ ਜੀ, ਹੁਣ ਇੱਦਾਂ ਹੀ ਐਜ਼ ਇਟ ਗਾਤਾ। ਅਤੇ ਫਿਰ ਅਸੀਂ ਆਪਣੇ ਦੋਸਤ ਮਿੱਤਰਾਂ ਨੂੰ ਸੁਣਾਉਣ ਲੱਗੇ, ਸਾਰਿਆਂ ਨੂੰ ਚੰਗਾ ਲੱਗਣ ਲੱਗ ਗਿਆ, ਅਸੀਂ ਗਾਹਲੇ ਸਾਲ ਉਹ ਵੀਡੀਓ ਪਾਈ।